ਵਿਦਿਆਰਥੀਆਂ ਦੇ ਵਿੱਚ HIV AIDS ਦਾ ਕਹਿਰ। 828 ਦੇ ਕਰੀਬ ਵਿਦਿਆਰਥੀ AIDS ਤੋਂ ਪੀੜਿਤ। ਜ਼ਿਆਦਾਤਰ ਵਿਦਿਆਰਥੀ ਅਮੀਰ ਘਰਾਂ ਦੇ। 220 ਸਕੂਲਾਂ ਤੇ 24 ਕਾਲਜਾਂ ਦੇ ਵਿਦਿਆਰਥੀਆਂ ਦੇ ਲਏ ਸੈਂਪਲ। ਜਾਂ ਦੱਸ ਦਈਏ, ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ AIDS ਦੇ ਕਾਫੀ ਮਰੀਜ਼ ਪਾਏ ਗਏ ਨੇ। ਤਾਂ ਦੱਸ ਦਈਏ ਕਿ ਸਕੂਲੀ ਵਿਦਿਆਰਥੀਆਂ ਦੇ ਵਿੱਚ AIDS ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਤੇ ਹੁਣ ਤੱਕ 828 ਦੇ ਕਰੀਬ ਵਿਦਿਆਰਥੀ AIDS ਤੋਂ ਪੀੜਿਤ ਪਾਏ ਗਏ ਨੇ। ਦੱਸ ਦਈਏ ਕਿ ਇੱਕ ਅਧਿਕਾਰੀ ਦੇ ਅਨੁਸਾਰ ਜਦੋਂ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਸੈਂਪਲਿੰਗ ਕੀਤੀ ਗਈ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ 828 ਦੇ ਕਰੀਬ ਵਿਦਿਆਰਥੀ AIDS ਤੋਂ ਪੀੜਿਤ ਪਾਏ ਗਏ। 220 ਸਕੂਲਾਂ ਅਤੇ 24 ਕਾਲਜਾਂ ਦੇ ਵਿਦਿਆਰਥੀਆਂ ਦੇ ਇਹ ਸੈਂਪਲ ਲਏ ਗਏ ਸੀ, ਜਿਸ ਦੇ ਵਿੱਚ ਕਈ ਵਿਦਿਆਰਥੀ AIDS ਤੋਂ ਪੀੜਿਤ ਪਾਏ ਗਏ ਨੇ। ਹਾਲਾਂਕਿ ਅਧਿਕਾਰੀ ਦਾ ਕਹਿਣਾ ਹੈ ਕਿ ਜੋ AIDS ਤੋਂ ਪੀੜਿਤ ਪਾਏ ਗਏ ਨੇ ਉਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਜਾਂ ਫਿਰ ਜੋ ਵਿਦਿਆਰਥੀ ਨੇ ਉਹ ਜੋ ਦਵਾਈਆਂ ਨੇ ਉਹ ਇੱਕੋ ਹੀ ਇੰਜੈਕਸ਼ਨ ਦੇ ਨਾਲ ਲੈ ਰਹੇ ਨੇ, ਜਾਂ ਫਿਰ ਹੋ ਸਕਦਾ ਕੋਈ ਨਸ਼ੀਲੀ ਦਵਾਈ ਲੈ ਰਹੇ ਨੇ। ਅਤੇ ਇੱਕ ਵਿਦਿਆਰਥੀ ਵੱਲੋਂ ਪਹਿਲਾਂ ਇੱਕ ਇੰਜੈਕਸ਼ਨ ਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਫਿਰ ਉਸੀ ਇੰਜੈਕਸ਼ਨ ਨੂੰ ਦੂਸਰੇ ਵਿਦਿਆਰਥੀ ਦੇ ਵੱਲੋਂ ਵੀ ਯੂਜ਼ ਕੀਤਾ ਜਾ ਰਿਹਾ, ਜਿਸ ਦੇ ਕਾਰਨ ਲਗਾਤਾਰ AIDS ਦੇ ਮਰੀਜ਼ ਵੱਧਦੇ ਜਾ ਰਹੇ ਨੇ। ਤਾਂ ਖਬਰ ਤ੍ਰਿਪੁਰਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸਕੂਲੀ ਵਿਦਿਆਰਥੀਆਂ ਦੇ ਵਿੱਚ AIDS ਦੇ ਕਾਫੀ ਮਰੀਜ਼ ਪਾਏ ਜਾ ਰਹੇ ਨੇ। 220 ਸਕੂਲਾਂ ਦੇ ਕਰੀਬ 828 ਦੇ ਕਰੀਬ ਵਿਦਿਆਰਥੀ AIDS ਤੋਂ ਪੀੜਿਤ ਪਾਏ ਗਏ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ 24 ਕਾਲਜਾਂ ਦੇ ਵਿਦਿਆਰਥੀ ਵੀ ਸ਼ਾਮਲ ਨੇ। ਹਾਲਾਂਕਿ ਜੋ ਅਧਿਕਾਰੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਇਹ ਵਿਦਿਆਰਥੀ AIDS ਤੋਂ ਪੀੜਿਤ ਪਾਏ ਗਏ ਨੇ, ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਨੇ, ਅਮੀਰ ਘਰਾਂ ਦੇ ਨੇ। ਅਮੀਰ ਘਰਾਂ ਦੇ ਹੋਣ ਕਰਕੇ ਜੋ ਮਾਪੇ ਨੇ ਖੁੱਲ੍ਹਾ ਪੈਸਾ ਦਿੰਦੇ ਨੇ ਅਤੇ ਬੱਚੇ ਜੋ ਨੇ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਆਉਂਦੇ ਜਾ ਰਹੇ ਨੇ ਅਤੇ ਇੱਕ ਵਿਦਿਆਰਥੀ ਦੇ ਵੱਲੋਂ ਪਹਿਲਾਂ ਨਸ਼ਾ ਕੀਤਾ ਜਾਂਦਾ ਅਤੇ ਫਿਰ ਦੂਸਰੇ ਵਿਦਿਆਰਥੀ ਨੂੰ ਵੀ ਉਹੀ ਇੰਜੈਕਸ਼ਨ ਦੇ ਨਾਲ ਨਸ਼ੇ ਦਾ ਟੀਕਾ ਦਿੱਤਾ ਜਾ ਰਿਹਾ, ਜਿਸ ਦੇ ਕਾਰਨ AIDS ਦੇ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਹੁਣ ਤੱਕ ਤ੍ਰਿਪੁਰਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 5674 ਲੋਕ AIDS ਤੋਂ ਪੀੜਿਤ ਦੱਸੇ ਜਾ ਰਹੇ ਨੇ, ਜਿਸ ਦੇ ਵਿੱਚ 4570 ਪੁਰਸ਼ ਨੇ ਅਤੇ 1100 ਦੇ ਕਰੀਬ ਔਰਤਾਂ ਨੇ ਅਤੇ ਬਾਕੀ 828 ਦੇ ਕਰੀਬ ਨੌਜਵਾਨ ਦੱਸੇ ਜਾ ਰਹੇ ਨੇ, ਜੋ ਜਿਨ੍ਹਾਂ ਦੇ ਵਿੱਚੋਂ ਦੀ ਕਾਫੀ ਸਕੂਲੀ ਵਿਦਿਆਰਥੀ ਵੀ ਨੇ। ਅੱਜ ਦੇ 5 ਤੋਂ 7 ਮਰੀਜ਼ ਰੋਜ਼ AIDS ਦੇ ਵੱਧਦੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਇਹ ਜੋ ਅੰਕੜਾ ਲਿਆ ਗਿਆ 164 ਸਿਹਤ ਸੁਵਿਧਾਵਾਂ ਦਾ ਡਾਟਾ ਦੇਖ ਕੇ ਇਹ ਅੰਕੜੇ ਤਿਆਰ ਕੀਤੇ ਗਏ ਨੇ ਅਤੇ ਵਧੇਰੇ ਜੋ ਮਰੀਜ਼ ਆ ਰਹੇ ਨੇ ਉਹ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ ਹੀ ਆ ਰਹੇ ਨੇ। ਤਾਂ ਸਕੂਲਾਂ ਦੇ ਵਿੱਚ ਜੋ ਵਿਦਿਆਰਥੀ ਨੇ ਉਹ ਲਗਾਤਾਰ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਨੇ ਇੰਜੈਕਸ਼ਨ ਦੇ ਰਾਹੀਂ। ਇੱਕ ਇੰਜੈਕਸ਼ਨ ਪਹਿਲਾਂ ਵਿਦਿਆਰਥੀ ਖੁਦ ਲਾਉਂਦਾ ਹੈ ਅਤੇ ਫਿਰ ਦੂਸਰੇ ਨੂੰ ਵੀ ਉਸੇ ਇੰਜੈਕਸ਼ਨ ਦੇ ਨਾਲ ਨਸ਼ੀਲੇ ਪਦਾਰਥ ਦੀ ਡੋਜ਼ ਦੇ ਰਿਹਾ, ਜਿਸ ਦੇ ਕਾਰਨ ਇਹ ਕਾਫੀ ਜ਼ਿਆਦਾ ਗੰਭੀਰ ਮਸਲਾ ਬਣਦਾ ਜਾ ਰਿਹਾ। ਹਾਲਾਂਕਿ ਜੋ ਤ੍ਰਿਪੁਰਾ ਦੀ AIDS ਕੰਟਰੋਲ ਸੁਸਾਇਟੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਾਗਰੂਕਤਾ ਅਭਿਆਨ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸਦੇ ਬਾਰੇ ਜਾਗਰੂਕ ਕੀਤਾ ਜਾ ਸਕੇ। ਪਰ ਕਿਤੇ ਨਾ ਕਿਤੇ ਜੋ ਅੰਕੜੇ ਸਾਹਮਣੇ ਆਏ ਨੇ ਉਹ ਡਰਾ ਕੇ ਰੱਖ ਦੇਣ ਵਾਲੇ ਨੇ। ਹਾਲਾਂਕਿ ਪਹਿਲਾਂ ਇਹ ਦੇਖਿਆ ਜਾਂਦਾ ਸੀ ਕਿ ਜੋ AIDS ਦੀ ਬਿਮਾਰੀ ਹੈ ਉਹ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਹੁੰਦੀ ਸੀ, ਪਰ ਹੁਣ ਇਹ ਕਿਤੇ ਨਾ ਕਿਤੇ ਚਿੰਤਾ ਦਾ ਸਬੱਬ ਬਣਦਾ ਵੀ ਨਜ਼ਰ ਆ ਰਿਹਾ, ਕਿਉਂਕਿ AIDS ਜੋ ਹੈ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਰਿਹਾ।